ਕੀ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਵੀਰੋ ਅਤੇ ਉਹਨਾਂ ਦੀਆਂ ਭੈਣੋ? ਮੈਂ ਤੁਹਾਨੂੰ ਲਾਸਟ ਵੀਡੀਓ ਵਿੱਚ ਇੱਕ ਸਰਵਿਸ ਬਾਰੇ ਦੱਸਿਆ ਸੀ ਜਿਹਦਾ ਨਾਮ ਸੀ IQ ਆਪਸ਼ਨ। ਤੁਹਾਨੂੰ ਪਤਾ ਉਸ ਸਾਈਟ 'ਤੇ 5 ਤੋਂ 10 ਮਿੰਟ ਜਸਟ ਕੰਮ ਕਰਕੇ ਮੈਂ ਹਫ਼ਤੇ ਵਿੱਚ ਦੇਖੋ $650 ਕਮਾ ਚੁੱਕਿਆ। ਤੁਸੀਂ ਵੀ ਕਮਾ ਸਕਦੇ ਹੋ ਯਾਰ, ਕੋਈ ਐਡਾ ਝੰਝਟ ਵਾਲਾ ਕੰਮ ਨਹੀਂ। ਜਸਟ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ, ਉਹਨੂੰ ਕਰੋ ਫੋਲੋ, ਠੀਕ ਹੈ? ਸਾਈਟ ਖੋਲੋ, ਉੱਥੇ ਕਰੋ ਰਜਿਸਟਰ, ਅਤੇ ਤੁਸੀਂ ਡੈਮੋ ਅਕਾਊਂਟ ਵਿੱਚ ਕਰੋ ਪ੍ਰੈਕਟਿਸ, ਅਤੇ ਜਦੋਂ ਤੁਸੀਂ ਥੋੜ੍ਹੇ ਜਿਹੇ ਐਕਸਪਰਟ ਹੋ ਗਏ, ਉਦੋਂ ਮੈਂ ਕਹਿੰਦਾ ਯਾਰ ਮਿਨੀਮਮ ਅਕਾਊਂਟ ਹੈ ਨਾ ਡਿਪੋਜ਼ਿਟ ਦੀ ਹੋਏਗੀ $10, $10 ਡਿਪੋਜ਼ਿਟ ਕਰੋ ਅਤੇ ਉਹਦੇ ਨਾਲ ਕੰਮ ਕਰੋ, ਅਤੇ ਮੈਂ ਕਿਹਾ ਪੈਸੇ ਤੁਹਾਡੇ ਐਂ ਤਿਲਸ ਦੇ ਤੁਹਾਡੇ ਹੱਥਾਂ 'ਚ ਆਉਣਗੇ। ਤੁਸੀਂ ਤਾਂ ਕਹੋਗੇ ਹੈ ਨਜ਼ਾਰੇਦਾਰ ਭਾਅ ਜੀ, ਇਹਦਾ ਕੰਮ ਹੀ ਬੜਾ ਨਜ਼ਾਰੇਦਾਰ ਹੈ, ਸਭ ਤੋਂ ਸੌਖਾ ਅਤੇ ਵਧੀਆ ਢੰਗ ਹੈ ਪੈਸੇ ਕਮਾਉਣ ਦਾ ਔਨਲਾਈਨ। ਸੋ ਬਿਨਾਂ ਕਿਸੇ ਹੋਰ ਵੇਟ ਕੀਤੇ ਮੇਰੇ ਕਹਿਣ 'ਤੇ ਇੱਕ ਵਾਰੀ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਨਾ ਜਿਹੜਾ, ਉਹ 'ਤੇ ਜਾ ਕੇ ਸਾਈਨ ਅਪ ਜ਼ਰੂਰ ਕਰੋ ਅਤੇ ਰਜਿਸਟਰ ਕਰਕੇ ਡਿਪੋਜ਼ਿਟ ਕਰਨਾ ਨਾ ਭੁੱਲਿਓ। ਓਕੇ ਭਰਾਵੋ ਅਤੇ ਉਹਨਾਂ ਦੀਆਂ ਭੈਣੋ, ਸਬਸਕ੍ਰਾਈਬ ਕਰੋ ਪੰਜਾਬੀ ਟੀਵੀ। ਹੈਲੋ ਜੀ, ਮਾਈ ਨੇਮ ਇਜ਼ ਸਿਮੀ ਸਿੰਘ ਐਂਡ ਯੂ ਆਰ ਵਾਚਿੰਗ ਮੀ ਔਨ ਪੰਜਾਬੀ ਰੇਲ ਟੀਵੀ। ਸੋ ਗਾਈਜ਼, ਕੀ ਹਾਲ ਚਾਲ ਨੇ ਤੁਹਾਡੇ? ਸਭ ਠੀਕ ਹੋ? ਨਵਾਂ ਸਾਲ ਤੁਹਾਡਾ ਕਿੱਦਾਂ ਦਾ ਰਿਹਾ ਯਾਰ, ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਗਾਈਜ਼, ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓਜ਼ ਸ਼ੈਡਿਊਲ ਵਾਈਜ਼ ਅਪਲੋਡ ਨਹੀਂ ਕਰ ਰਹੇ, ਬਟ ਹੁਣ ਤੋਂ ਯਾਨੀ ਅੱਜ ਤੋਂ ਆਪਾਂ ਹਰ ਰੋਜ਼ ਜਾਂ ਡੇਲੀ ਦੀਆਂ 2 ਜਾਂ 3 ਵੀਡੀਓਜ਼ ਜ਼ਰੂਰ ਅਪਲੋਡ ਕਰਾਂਗੇ ਤੁਹਾਡੇ ਐਂਟਰਟੇਨਮੈਂਟ ਦੇ ਲਈ। ਐਂਡ ਤੁਸੀਂ ਸਾਡਾ ਰਿਐਕਸ਼ਨ ਦੇਖ ਸਕਦੇ ਹੋ ਸਿੱਧਾ ਸਾਡੇ ਯੂਟਿਊਬ ਚੈਨਲ 'ਤੇ, ਅਤੇ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਹੈ ਜੀ? ਅਤੇ ਨੀਚੇ ਨਾਲ ਉਹਦੇ ਬੈਲ ਆਈਕਨ ਬਣਿਆ, ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਫੋਨਾਂ 'ਤੇ ਮਿਲ ਜਾਣ। ਸੋ ਬਿਨਾਂ ਕਿਸੇ ਹੋਰ ਟਾਈਮ ਵੇਸਟ ਦੇ ਅੱਜ ਇੱਕ ਹੋਰ ਵੀਡੀਓ ਦੇਖਾਂਗੇ, ਜਿਹੜੀ ਹੈ ਕਿ ਨਾਸਰ ਮਦਨੀ ਜੀ ਦੀ, ਹੈ ਨਾ ਜੀ? ਅਤੇ ਨਾਸਰ ਮਦਨੀ ਦੀ ਵੀਡੀਓ ਹੈ ਇਹ, ਨਾਸਰ ਮਦਨੀ ਕੇ ਸਾਥ 500 ਰੁਪਏ ਕਾ ਧੋਖਾ। ਸੋ ਦੇਖਦੇ ਹਾਂ ਕਿ ਇਹ ਧੋਖਾ ਇਹਨਾਂ ਨਾਲ ਕੀ ਹੋਇਆ। ਸੋ ਬਿਨਾਂ ਟਾਈਮ ਵੇਸਟ ਕਰੇ ਵੀਡੀਓ ਸ਼ੁਰੂ ਕਰਾਂਗੇ, ਹੇਅਰ ਵੀ ਗੋ। ਅੱਗੇ ਬਾਪ ਘਰ ਆਉਣਾ, ਧੀਆਂ ਸਿਰ ਕੱਜਣੇ, ਦੁਪੱਟੇ ਲੈਣੇ, ਹੁਣ ਬਾਪ ਨਾਲ ਬਹਿ ਕੇ ਨਾਲੇ ਟੀਵੀ ਵੇਖਦਾ ਨਾਲੇ ਸਿਗਰਟ ਪੀਂਦਾ। ਐਦਰਾ ਚੈਨਲ ਬਦਲੀ, ਅਗਲੇ ਦਿਨ ਇੱਕ ਕੌਂਤਰਾ ਮੈਨੂੰ 500 ਦਾ ਜੇਲੀ ਤਕਰੀਰ 'ਚ ਦੇ ਗਿਆ। ਆ ਵੇਖੋ ਗੁਹਾਲ, ਆ ਵੇਖੋ ਹੁਣ ਤਾਂ ਭਾਈ ਇੱਥੋਂ ਜੁਮਾ ਪੜ੍ਹ ਕੇ ਨਿਕਲੀਏ ਨਾ, ਜੁਮਾ ਪੜ੍ਹ ਕੇ ਨਿਕਲੀਏ, ਇੱਥੋਂ ਤਾਂ ਬਜ਼ਾਰ ਦਾ ਨੋਟ ਪਿਆ ਹੋਵੇ ਨਾ, ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ? ਮੇਰਾ ਪੈਰ ਸੌਂ ਗਿਆ। ਇਹ ਨਹੀਂ ਪਤਾ ਇਮਾਨ ਸੌਂ ਗਿਆ, ਹਜ਼ਾਰ ਤੇ ਮਾਨ ਗਵਾ ਜਾਂਦੇ ਨੇ। ਔਰ ਤੁਸੀਂ ਜ਼ਹਾਰ ਕਹਿੰਦੇ ਜੇ ਪਿੰਡੀ ਬਾਈਪਾਸ ਤੋਂ ਗੱਡੀ 'ਤੇ ਬਹਿ ਜਾਣ, ਚੰਦ ਦੇ ਕਿਲੇ ਤੱਕ ਜਾਣਾ ਹੋਵੇ ਨਾ, ਅਤੇ ਆਲਮ ਚੌਕ 'ਚ ਸੌ ਜਾਂਦੇ ਨੇ, ਕਿ ਡਰਾਈਵਰ ਸਮਝੇ ਰਾਹ ਵਾਲੀ ਨੂੰ ਸੁੱਤਾ ਹੀ ਆਇਆ, ਇਹਨੇ ਕਿਰਾਇਆ ਦਿੱਤਾ ਹੈ, ਕਲਿੰਡਰ ਇਹੀ ਸਮਝੇ। ਉਹ 100 ਤੇ ਮਾਨ ਗਵਾਉਂਦੇ ਨੇ। ਉਹ ਕੀ ਯਾਰ ਤੁਹਾਨੂੰ ਮੈਂ ਦੱਸਾਂ, 100 ਦਾ ਲੋਡ ਕਿਸੇ ਦਾ ਕਿਸੇ ਵੱਲ ਆ ਜਾਣ, ਉਹ ਫੋਨ ਕਰੇ ਭਾਈ ਤੇਰੇ ਵੱਲ ਆ ਗਏ, ਮੈਂ ਤੈਨੂੰ ਕਿਹਾ ਸੀ ਕੱਲ੍ਹ। ਇਹ ਨਹੀਂ ਅੱਗੋਂ ਕਹਿੰਦੇ ਵੀ ਮੈਂ ਤੈਨੂੰ ਕਰਾ ਦੇਣਾ, ਨਾ ਉਹ ਬੋਲੋ ਤੇ ਸਹੀ, 100 ਤੇ ਮਾਨ ਗਵਾ ਜਾਂਦੇ। ਅੱਛਾ ਮੈਂ ਅੱਜ ਤੁਹਾਡੇ ਕੋਲ ਗੱਲ ਕਰਨ ਲੱਗਾ, ਜ਼ਰਾ ਧਿਆਨ ਕਰਿਆ ਜੇ, ਜੇਰਾ ਨਬੀ ਸੁਣ ਲਓ, ਸੁਣੋ ਸ਼ਰੀਅਤ, ਇੱਕ ਔਰਤ ਅਤੇ ਮਰਦ ਨੂੰ ਇਕੱਠਿਆਂ ਜਨਾਜ਼ਾ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ। ਉਹ ਮਹਿੰਦੀ ਕੱਢਣ ਦੀ ਇਜਾਜ਼ਤ ਦੇਗਾ, ਤੀਆਂ ਨਚਾਉਣ ਦੀ ਇਜਾਜ਼ਤ ਦੇਗਾ, ਬਾਹਰ ਕੱਢਣ ਦੀ ਇਜਾਜ਼ਤ ਦੇਗਾ, ਨੰਗੇ ਸਿਰ ਜਨੋਰਨ ਦੀ ਇਜਾਜ਼ਤ ਦੇਗਾ। ਅਤੇ ਜਿਹੜੇ ਬਾਪ ਬੈਠੇ ਜੇ ਅੱਜ ਇੱਕ ਵਾਅਦਾ ਕਰੋ, ਅਸੀਂ ਆਪਣੀ ਬੇਟੀ ਨੂੰ ਜਹੇਜ਼ 'ਚ TV ਨਹੀਂ ਦੇਵਾਂਗੇ। ਉਹ ਜਿਹੜੇ ਬਾਪ ਆਪਣੀ ਬੇਟੀ ਨੂੰ LCD ਦੇ ਕੇ ਤੋਰਨ, ਅਤੇ ਲੈ ਧੀਏ ਕੰਜਰਖਾਨਾ ਬੱਚਿਆਂ ਨੂੰ ਵੀ ਵਿਖਾਈ ਅਤੇ ਆਪ ਵੇਖੀ, ਦੱਸੋ ਉਹ ਧੀ ਕਿਹੜੀ ਸੂਰਤ ਯਾਸੀਨ ਪੜ੍ਹਨ ਵਾਲੇ ਜੰਮਣੇ? ਉਹ ਡਰਾਮੇ ਵੇਖਣ ਵਾਲੀ ਹੋਏਗੀ। ਹਾਂ, ਉਹ ਪੁੱਤਰ ਵੀ ਇੰਜ ਦੇ ਹੋਣੇ ਨੇ, ਵੱਲ ਤੁੰਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ, ਅਤੇ ਜਿਹੜਾ ਕੰਮ ਮਾਵਾਂ ਕਰਦੀਆਂ ਉਹ ਕਰਦੀਆਂ ਧੀਆਂ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਅਤੇ ਥੋੜ੍ਹਾ। ਉਹ ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ, ਸਾਰਾ ਟੱਬਰ ਪੀ ਲੈਂਦੇ ਸਭ ਪਾਈਆ ਦੁੱਧ ਦੀ ਚਾਹ। ਉਦੋਂ ਦੌਰ ਮਸ਼ੀਨੀ ਨਹੀਂ ਸੀ, ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ, ਬਹੁਤੇ ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਵਿੱਚ ਹਯਾ। ਉੱਚੀ ਬੋਲੋ, ਸੀ ਅੱਖਾਂ ਵਿੱਚ ਹਯਾ। ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ, ਹੁਣ ਸਾਰਾ ਟੱਬਰ ਬਹਿ ਕੇ TV ਵਹਿੰਦਾ ਹੈ, ਅਤੇ ਹਯਾ ਕਿੱਥੇ ਰਹੇ? ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਅਤੇ ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਲੱਗਦੇ।
चढ़ जाते कई कच्चे जिन्ना बेरा च रस होवे वटे उन्हां नूं पैंदे सियासा प्रबंध ने ला छड़ी यारी तू यार दा बुआ नहीं ते बन जाएगा रोगी जड़ी बकरी इजड़ो विछड़ी ते ओ बगयाड़ा जोगी इज्जड़ इज्जड़ नालों ना विछड़ो इस्लाम दा इज्जड़ इक्को ही है उहदे च हया भी है उहदे च ईमान भी है अल हयाउ मिनल ईमान हया ईमान दा हिस्सा है जिस पार्टी को जिस मौन को जिस मुसलमान को जिस बस्ती च हया मुक जे उत्थे इस्लाम नहीं हो सकता ध्यान करिया जे बड़ी वड्डी गल कर लगा इहनूं समझना है ओए वीरो बहुते डाकू चोर नहीं सी सी अखां विच हया उच्ची बोलो सी अखां विच हया अगे बाप घर आना धियां सिर कजने दुपट्टे लैने हुण बाप नाल बह के नाले टीवी वेंदा नाले सिगरट पींदा एदरा चैनल बदली एदरा चैनल बदली ते फिर धियां भी ते नाजी ओहो जी गैरत विखाउणी है ना बहुते डाकू चोर नहीं सी सी अखां विच हया किधर गया ओ दौर बनाना ते पै गया केड़ी राह सारा टब्बर पी लैने सब पाइया दोधी चाह हुण हुण जिन्ने पुत्र उन्ने ही नलके उन्ने पंप उन्ने बूहे उन्नियां फ्रिजा बोलो ते उदों हुण ते भाई मोटर सड़ जाणा ते बंदा चाची वालों पानी भरन जाए ते दूजी बार बटन सुटिए ना चाची लग पैंदी ए साडा भी हुण पंप साड़ के सा लिया जे रुखे हो गए पिंड दे लोकी ते सुंजे हो गए तारे रुखे हो गए गरजाख दे लोकी ते सुंजे हो गए तारे किथे तुर गए पिंड दे बाबे जड़े वणदे प्यार सी सारे ओ किधर तुर गए ने ओ प्यार तियां मफतां किधर गईयां ने अल्लाह इत्थे नवाब चौक को टांगे ते बहना बल्लिया किधर चलना है मैं गिरजाक चलना है किधर जो आई है फलाने दा अच्छा उतर लगे उन्हें किराया देना ना तो ना ना भाई मैं माड़ा जरूर हाँ कोचवान हाँ पर गैरत बड़ी तू ओदा जवाई नहीं मेरा जवाई ते हुण नवाब चौक चिंग ची बंदे मारते बह जाओ ते इत्थे राह चो अब्बल ते किसे पुछना ही नहीं उन्हें बहंदे नसीब बुला देनी बोलो ते जे पुछ भी लैना भी तू किधर जा रहा मैं कदाफी रोड ते चला फलान दा जवाई है ते जे उतर लगे आखना मेरे को पांच घट ने ते तू इत्थे ही उतर बोलो ते सही जरा हुण आंदे तू इत्थे ही उतर हुण ते कोई या नहीं रह गया और पहले वक्तां च वडेरा बंदा काम करदा होना ना ते मुंडियां आखना ताया तू बह जा ते मैं कर देना ते हुण हुण वडेरा करदा होवे ना काम ते नाल मुंडा करदा होए ते वडेरा करदा होवे ते मुंडा आखे लै ताया तू देसी घ्यो खादा मेरा भी काम कर बोलो ते हुण है गल ओए बहुते डाकू चोर नहीं सी मैं लाहौर तकरीर पिया करा मैं कह लोगो बिजली डायरेक्ट ना बालो और जुत्ती ना चुकया करो और लोगो मैं क्या ओ लोगो बिजली डायरेक्ट ना बालो मैं चोरी ना करो मोबाइल ना चोरी करो चार्ज ना चोरी करो ठगी ना मारो एक बाबा आंदा मेरी भी सुनेगा मैं कह इन्ने घंटे मैनू सुने ही तो मैं भी सुन लैना कहिंदा जिथे बोल रहा मस्जिद की भी डायरेक्ट ही लगी अस्तगफिरुल्लाह माज अल्लाह सुमा माज अल्लाह है कोई हाल है साड़ी मीटरां दे हां नहीं साड़ी ते मीटरां दे है मैं लाहौर दा नाम लिया है ना अपने शहर दा लिया पिंड दा नहीं नाम लिया बदनामी हुंदी है अगले दिन एक कमतरा मैनू 500 दा जेली तकरीर च दे गया है आ वेखो कोई हाल है आ वेखो हुण ते भाई इत्थों जुमा पढ़ के निकलीए ना जुमा पढ़ के निकलीए इत्थों ते बाजार दा नोट पिया होवे ना उत्ते पैर रख लैंदे तेनू की होया मेरा पैर सौं गया ये नहीं पता ईमान सौं गया हजार ते मान गवा जांदे ने ओ
ਔਰ ਤੁਸੀਂ ਜ਼ਹਾਰ ਕਹਿੰਦੇ ਜੇ ਪਿੰਡੀ ਬਾਈਪਾਸ ਤੋਂ ਗੱਡੀ ਤੇ ਬਹਿ ਜਾਣ ਚੰਦ ਦੇ ਕਿਲੇ ਤੱਕ ਜਾਣਾ ਹੋਵੇ ਨਾ ਤੇ ਆਲਮ ਚੌਕ 'ਚ ਸੌ ਜਾਂਦੇ ਨੇ ਕਿ ਡਰਾਈਵਰ ਸਮਝੇ ਰਾਹ ਵਾਲੀ ਨੂੰ ਸੁੱਤਾ ਹੀ ਆਇਆ ਇਹਨੇ ਕਿਰਾਇਆ ਦਿੱਤਾ ਹੈ ਕਲੈਂਡਰ ਇਹੀ ਸਮਝ ਔਰ ਸੌ ਤੇ ਮਾਨ ਕਵਾਉਂਦੇ ਨੇ ਉਹ ਕੀ ਯਾਰ ਤੁਹਾਨੂੰ ਮੈਂ ਦੱਸਾਂ ਸੌ ਦਾ ਲੋਡ ਕਿਸੇ ਦਾ ਕਿਸੇ ਵੱਲ ਆ ਜਾਣ ਉਹ ਫੋਨ ਕਰੇ ਭਾਈ ਤੇਰੇ ਲਾ ਗਏ ਮੈਂ ਤੈਨੂੰ ਕਿਹਾ ਸੀ ਕੱਲ ਇਹ ਨਹੀਂ ਅੱਗੋਂ ਕਹਿੰਦੇ ਵੀ ਮੈਂ ਤੈਨੂੰ ਕਰਾ ਦੇਣਾ ਨਾ ਓਕੇ ਸੋ ਇਹ ਸੀ ਗਾਈਜ਼ ਵੀਡੀਓ ਜਿਹੜੀ ਵੀਡੀਓ ਥੋੜ੍ਹੀ ਜਿਹੀ ਰਿਪੀਟ ਹੋ ਗਈ ਹੈ ਅਤੇ ਬਟ ਅੱਜ ਦੀ ਵੀਡੀਓ ਵਾਕਈ ਔਸਮ ਸੀ ਇਹਨਾਂ ਨੇ ਗੱਲਾਂ ਜਿਹੜੀਆਂ ਕੀਤੀਆਂ ਨਾ ਉਹ ਬੜੀਆਂ ਐਕਚੁਅਲੀ ਮੈਨੂੰ ਇਹ ਜਿਹੜੇ ਮੌਲਾਨਾ ਨਾਸਰ ਮਦਨੀ ਜੀ ਹੈ ਨਾ ਇਹ ਥੋੜ੍ਹੇ ਕਹਿ ਲਓ ਨਾ ਜਿਹੜੇ ਪੱਕੇ ਲੋਕ ਹੁੰਦੇ ਆ ਨਾ ਆਪਣੇ ਜਿਵੇਂ ਪੁਰਾਣੀਆਂ ਚੀਜ਼ਾਂ ਛੱਡਦੇ ਨਹੀਂ ਗੇ ਜਿਹੜੇ ਹੈ ਨਾ ਵੀ ਪੁਰਾਣੀਆਂ ਆਪਣੀਆਂ ਸਾਰੀਆਂ ਜੋ ਇਹਨਾਂ ਦੀਆਂ ਆਦਤਾਂ ਹੈ ਜੋ ਇਹਨਾਂ ਦਾ ਕਲਚਰ ਹੈ ਇਹ ਉਹਨੂੰ ਨਾਲ ਲੈ ਕੇ ਜਾਂਦੇ ਆ ਅਤੇ ਦੂਜਿਆਂ ਨੂੰ ਵੀ ਇਹੀ ਸਲਾਹ ਦਿੰਦੇ ਆ ਕਿ ਤੁਸੀਂ ਵੀ ਇਹ ਚੀਜ਼ ਯਾਨੀ ਨਾਲ ਲੈ ਕੇ ਚੱਲੋ ਲਾਈਕ ਜਿਵੇਂ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਅਤੇ ਬਾਪ ਇਕੱਠੇ ਬੈਠ ਕੇ ਟੀ ਵੀ ਦੇਖਦੇ ਆ ਅਤੇ ਬਾਪ ਨਾਲ ਹੁੱਕਾ ਪੀਂਦਾ ਅਤੇ ਨਾਲ ਇਹ ਕਹਿੰਦਾ ਯਾਰ ਚੈਨਲ ਚੇਂਜ ਕਰੀ ਹੈ ਨਾ ਸੋ ਇਹਨਾਂ ਨੇ ਬਾਅਦ ਵਿੱਚ ਇਹ ਵੀ ਗੱਲ ਕੀਤੀ ਕਿ ਦਹੇਜ ਵਿੱਚ ਟੀ ਵੀ ਨਹੀਂ ਦੇਣਾ ਚਾਹੀਦਾ ਹੈ ਨਾ ਪਹਿਲੀ ਗੱਲ ਤਾਂ ਵੈਸੇ ਦਹੇਜ ਦੇਣਾ ਨਹੀਂ ਚਾਹੀਦਾ ਹੈ ਨਾ ਪਰ ਦੂਸਰੀ ਗੱਲ ਵੀ ਚਲੋ ਜੇਕਰ ਕੋਈ ਬੰਦਾ ਟੀ ਵੀ ਦੇਖ ਵੀ ਰਿਹਾ ਅਤੇ ਮੇਰੇ ਖਿਆਲ ਇਹ ਤਾਂ ਮਤਲਬ ਗਲਤ ਨਹੀਂ ਹੋ ਜੂਗਾ ਯਾਰ ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਨਾ ਤੁਸੀਂ ਟੀ ਵੀ ਵਿੱਚ ਕੀ ਦੇਖ ਰਹੇ ਹੋ ਕਿਉਂਕਿ ਟੀ ਵੀ ਮਾੜਾ ਨਹੀਂ ਹੈ ਟੀ ਵੀ ਵਿੱਚ ਆਉਣ ਵਾਲੇ ਪ੍ਰੋਗਰਾਮ ਮਾੜੇ ਹੋ ਸਕਦੇ ਆ ਬਟ ਟੀ ਵੀ ਮਾੜਾ ਨਹੀਂ ਹੈ ਟੀ ਵੀ ਵਿੱਚ ਤੁਸੀਂ ਨਿਊਜ਼ ਵੀ ਸੁਣਦੇ ਹੋ ਤੁਸੀਂ ਕੋਈ ਧਾਰਮਿਕ ਚੀਜ਼ਾਂ ਵੀ ਸੁਣਦੇ ਹੋ ਟੀ ਵੀ ਵਿੱਚ ਹੋਰ ਵੀ ਬੜੀਆਂ ਕੰਮ ਦੀਆਂ ਚੀਜ਼ਾਂ ਹੁੰਦੀਆਂ ਬਹੁਤ ਕੁਛ ਤੁਸੀਂ ਸਿੱਖ ਵੀ ਸਕਦੇ ਹੋ ਪੂਰੀ ਦੁਨੀਆ ਦੀ ਸੈਰ ਵੀ ਕਰ ਸਕਦੇ ਹੋ ਯਾਰ ਬਹੁਤ ਕੁਛ ਹੁੰਦਾ ਟੀ ਵੀ ਵਿੱਚ ਹੈ ਨਾ ਸੋ ਮੇਰੇ ਅਕੋਰਡਿੰਗ ਤਾਂ ਟੀ ਵੀ ਮਾੜਾ ਨਹੀਂ ਹੈ ਟੀ ਵੀ ਵਿੱਚ ਇਹ ਤਾਂ ਤੁਹਾਡੀ ਚੋਇਸ ਹੈ ਨਾ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਡੇ ਮਤਲਬ ਤੁਹਾਡੇ ਮਨ ਨੂੰ ਕੀ ਚੀਜ਼ ਪਾਉਂਦੀ ਹੈ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਅਤੇ ਬਾਅਦ ਵਿੱਚ ਤੁਹਾਡੇ ਬੱਚਿਆਂ ਨੂੰ ਤੁਸੀਂ ਕੀ ਦਿਖਾਉਂਦੇ ਹੋ ਹੈ ਨਾ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਸੋ ਟੀ ਵੀ ਮਾੜਾ ਨਹੀਂ ਹੈ ਮੇਰੇ ਖਿਆਲ ਹੈ ਨਾ ਅਤੇ ਬਾਕੀ ਰਹੀ ਗੱਲ ਬਾਕੀ ਹੋਰ ਜਿਹੜੀਆਂ ਇਹ ਗੱਲਾਂ ਕਰਦੇ ਆ ਜਿਵੇਂ ਇਹ ਵਾਕਈ ਯਾਰ ਇੱਕ ਗੱਲ ਦੇਖਣ ਵਾਲੀ ਹੈ ਵੀ ਜਿਵੇਂ ਪਿੰਡਾਂ ਵਿੱਚ ਪਹਿਲਾਂ ਜਵਾਈ ਆਉਂਦੇ ਸੀ ਤਾਂ ਉਹ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ ਇੱਕ ਇਕੱਲੇ ਘਰ ਦਾ ਜਵਾਈ ਨਹੀਂ ਹੁੰਦਾ ਸੀ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ ਸਾਰਾ ਪਿੰਡ ਉਹਦੀ ਇੱਜ਼ਤ ਕਰਦਾ ਸੀ ਪਰ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਰਹੀਆਂ ਉਹ ਪਿਆਰ ਉਹ ਇਮਾਨ ਉਹ ਹਯਾ ਉਹ ਸ਼ਰਮ ਉਹ ਕੁਛ ਨਹੀਂ ਰਿਹਾ ਹੈ ਨਾ ਕਿਉਂਕਿ ਟਾਈਮ ਟੂ ਟਾਈਮ ਜਿਵੇਂ ਵੈਸਟਰਨ ਕਲਚਰ ਆਪਣੇ ਇੰਡੀਅਨ ਐਂਡ ਪਾਕਿਸਤਾਨੀ ਕਲਚਰ ਦੇ ਵਿੱਚ ਜਿਹੜਾ ਮਿਕਸਅਪ ਹੋ ਰਿਹਾ ਹੈ ਨਾ ਉਹਦੇ ਕਰਕੇ ਸਾਰੀਆਂ ਚੀਜ਼ਾਂ ਮਤਲਬ ਕਹਿ ਲਓ ਐਡਵਾਂਸ ਹੋ ਰਹੀਆਂ ਕੁਝ ਗੱਲਾਂ ਵਿੱਚ ਆਪਾਂ ਇਸ ਨੂੰ ਚੰਗਾ ਵੀ ਗਿਣਦੇ ਹਾਂ ਅਤੇ ਕਈ ਗੱਲਾਂ ਦੇ ਵਿੱਚ ਆਪਾਂ ਇਸ ਨੂੰ ਮਾੜਾ ਵੀ ਗਿਣ ਲੈਂਦੇ ਹਾਂ ਕਿ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ ਸੀ ਹੈ ਨਾ ਕਿਉਂਕਿ ਦੋ ਕਲਚਰ ਜਦੋਂ ਆਪਸ ਵਿੱਚ ਮਰਜ ਹੋ ਕੇ ਇੱਕ ਕਲਚਰ ਬਣਦਾ ਦੈਨ ਉਹਦੀਆਂ ਕੋਈ ਖਮੀਆਂ ਜਾਂ ਉਹਦੀਆਂ ਕੋਈ ਖੂਬੀਆਂ ਵੀ ਆਪਸ ਵਿੱਚ ਮਰਜ ਹੁੰਦੀਆਂ ਹੈ ਨਾ ਸੋ ਇਹ ਸ਼ਿਕਾਇਤ ਕਰਨੀ ਮੇਰੇ ਖਿਆਲ ਜਾਂ ਤਾਂ ਆਪਾਂ ਉਸ ਚੀਜ਼ ਨੂੰ ਪੂਰਾ ਹੀ ਬੈਨ ਕਰ ਦਈਏ ਕਿ ਵੈਸਟਰਨ ਕਲਚਰ ਆਪਾਂ ਆਪਣੇ ਵਿੱਚ ਕਲਚਰ ਦੇ ਐਡ ਹੋਣ ਹੀ ਨਹੀਂ ਦੇਣਾ ਠੀਕ ਹੈ ਜੀ ਅਤੇ ਜਾਂ ਫਿਰ ਜੇ ਹੋ ਰਿਹਾ ਤਾਂ ਥੋੜ੍ਹਾ ਬਹੁਤ ਐਡਜਸਟਮੈਂਟ ਤਾਂ ਯਾਰ ਕਰਨੀ ਪੈਂਦੀ ਹੈ ਬਾਕੀ ਇੱਜ਼ਤ ਵਾਲੀ ਗੱਲ ਹੈ ਅਤੇ ਜਾਂ ਕੋਈ ਦਇਆ ਦੀ ਜਾਂ ਇੱਕ ਓਨੈਸਟੀ ਦੀ ਗੱਲ ਹੈ ਉਹ ਬੰਦੇ ਦੇ ਵਿੱਚ ਨਾ ਉਹ ਆਪਾਂ ਧੱਕੇ ਨਾਲ ਨਹੀਂ ਪਾ ਸਕਦੇ ਉਹ ਬੰਦੇ ਦਾ ਜੋ ਉਹਦਾ ਮਨ ਕਰਦਾ ਉਹ ਉਹੀ ਕਰੂਗਾ ਹੈ ਨਾ ਲਾਈਕ ਜਿਵੇਂ ਇਹਨਾਂ ਨੇ ਦੱਸਿਆ ਵੀ ਜੇਕਰ ਕਿਸੇ ਦਾ 100 ਰੁਪਏ ਦਾ ਜਾਂ 1000 ਰੁਪਏ ਦਾ ਨੋਟ ਡਿੱਗ ਪੈਂਦਾ ਅਤੇ ਉੱਤੇ ਪੈਰ ਰੱਖ ਲੈਂਦੇ ਆ ਕਿ ਮੇਰਾ ਪੈਰ ਸੌਂ ਗਿਆ ਲਾਈਕ ਇੱਦਾਂ ਦੀਆਂ ਵੀਡੀਓਜ਼ ਵੀ ਬੜੀਆਂ ਵਾਇਰਲ ਹੁੰਦੀਆਂ ਅਤੇ ਕਾਫੀ ਇਹ ਵੈਸੇ ਸੱਚ ਵੀ ਹੈ ਕਿਤੇ ਨਾ ਕਿਤੇ ਹੈ ਨਾ ਕਈ ਥਾਵਾਂ 'ਤੇ ਇੱਦਾਂ ਹੁੰਦਾ ਵੀ ਹੈ ਸੋ ਸਾਰਿਆਂ ਨੂੰ ਯਾਰ ਇਹੀ ਅਪੀਲ ਹੈ ਕਿ ਤੁਸੀਂ ਖੁਸ਼ ਰਹੋ ਜ਼ਿੰਦਗੀ ਨੂੰ ਜੀਓ ਅਤੇ ਗਲਤ ਕੰਮ ਨਾ ਕਰੋ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਹੱਕ ਨਾ ਖਾਓ ਅਤੇ ਲਾਲਚ ਨਾ ਰੱਖੋ ਇੱਕ ਓਨੈਸਟੀ ਦੇ ਨਾਲ ਜ਼ਿੰਦਗੀ ਜੀਓ ਅਤੇ ਮਜ਼ੇ ਲਓ ਅਤੇ ਬਾਕੀ ਇਹ ਕੋਈ ਗੱਲ ਨਹੀਂ ਐਡਵਾਂਸ ਹੋਣਾ ਮਾੜੀ ਗੱਲ ਨਹੀਂ ਹੈ ਪਰ ਨਾਲ ਨਾਲ ਆਪਣੇ ਕਲਚਰ ਨੂੰ ਵੀ ਨਾਲ ਲੈ ਕੇ ਚੱਲੋ ਹੈ ਨਾ ਇਹ ਗੱਲ ਮੈਨੂੰ ਇਹਨਾਂ ਦੀ ਵਾਕਈ ਅੱਛੀ ਲੱਗਦੀ ਹੈ ਅਤੇ ਬਾਕੀ ਨਾਸਰ ਮਦਨੀ ਬੜੇ ਵਧੀਆ ਬਿਆਨ ਦਿੰਦੇ ਆ ਹਮੇਸ਼ਾ ਇਹਨਾਂ ਦੀ ਜੋ ਬਿਆਨ ਦੇ ਵਿੱਚ ਕੁਝ ਨਾ ਕੁਝ ਫਨੀ ਕੋਮੇਡੀ ਜੋ ਇੱਦਾਂ ਦੇ ਪੰਜਸ ਹੁੰਦੇ ਆ ਹੈ ਨਾ ਉਹਦੇ ਨਾਲ ਕੀ ਹੈ ਜਿਹੜੀ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਆ ਉਹ ਇਹਨਾਂ ਨੂੰ ਦੇਖਣਾ ਪਸੰਦ ਕਰਦੀ ਹੈ ਲਾਈਕ ਜਿਵੇਂ ਹੁਣ ਤੁਹਾਡੇ ਸਾਹਮਣੇ ਆਪਾਂ ਵੀ ਇਹਨਾਂ ਦੇ ਰਿਐਕਸ਼ਨਸ ਕਰਦੇ ਹੀ ਹਾਂ ਮੇਰੇ ਕੋਲ ਬਹੁਤ ਵੀਡੀਓਜ਼ 'ਤੇ ਆਪਾਂ ਆਲਰੇਡੀ ਰਿਐਕਸ਼ਨ ਬਣਾ ਚੁੱਕੇ ਹਾਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਦੀ ਕਿਸੇ ਹੋਰ ਵੀਡੀਓ ਦੀ ਰਿਐਕਸ਼ਨ ਦੇਈਏ ਉਹ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਇੰਸਟਾਗ੍ਰਾਮ ਆਪਣਾ ਪੰਜਾਬੀ ਰੀਲ ਟੀ ਵੀ ਦੇ ਨਾਮ 'ਤੇ ਅਕਾਊਂਟ ਆ ਉੱਥੇ ਤੁਸੀਂ ਕੋਈ ਵੀ ਵੀਡੀਓ ਸੁਜੈਸਟ ਸਾਨੂੰ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਅੱਗੇ ਰਿਐਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਕਿੱਦਾਂ ਦਾ ਲੱਗਾ ਅੱਜ ਦਾ ਰਿਐਕਸ਼ਨ ਨੀਚੇ ਕਮੈਂਟ ਕਰਕੇ ਮੈਨੂੰ ਇਹ ਵੀ ਜ਼ਰੂਰ ਦੱਸਿਓ ਅਤੇ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਤੇ ਤੁਹਾਡੇ ਭਾਬੀ ਜੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤਾਂ ਚੱਕੀ ਰੱਖੋ ਇੱਦਾਂ ਹੀ ਕੰਮ Okay.